ਰਸਤਾਂ ਵਜਦਾਂ ਦਰ ਤੇ ਪ੍ਰਵਾਨ ਕਰਦੀਆਂ ਵਿਛੜੀ ਹੋਈ ਆਤਮਾ ਸਵਰਗ ਵਾਸੀ ਡਾਕਟਰ ਸੁਰਿੰਦਰ ਸਿੰਘ ਨੂੰ ਸਦੀਵੀ ਕਾਲ ਵਾਸਤੇ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਣਾ, ਪਿੱਛੋਂ ਉਹਨਾਂ ਦੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ, ਗੁਰਸਿੱਖੀ ਦੀਆਂ ਬਾਣੀ ਬਾਣੀ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਣੀਆਂ। ਜੀ ਗੁਰੂ ਗਰੀਬ ਨਿਵਾਸ ਸਵਰਗ ਵਾਸੀ ਡਾਕਟਰ ਸੁਰਿੰਦਰ ਸਿੰਘ ਦੀ ਹਮਦਰਦੀ ਦੀਆਂ ਅਰਦਾਸਾਂ ਬੇਨਤੀਆਂ ਨੇ। ਡਾਕਟਰ ਨਿਰਮਲ ਸਿੰਘ, ਸਰਦਾਰ ਦਰਸ਼ਨ ਸਿੰਘ, ਸਰੇਬਾਨ ਹਰਭਜਨ ਸਿੰਘ ਦੂ ਐਸੇ ਸਵਰਗਵਾਸੀ ਕਰਤਾਰ ਸਿੰਘ ਦੇ ਪਰਿਵਾਰ ਵੱਲੋਂ ਅਰਦਾਸ ਬੇਨਤੀ। ਬੀਬੀ ਸਵਰਨ ਕੌਰ, ਸਰਦਾਰ ਪ੍ਰੀਤਮ ਸਿੰਘ, ਵੱਡੇ ਵਡੇਰਿਆਂ ਦੀ ਯਾਦ ਦੇ ਵਿੱਚ ਅਰਦਾਸਾਂ ਬੇਨਤੀਆਂ। ਮਹਾਰਾਜ ਡਾਕਟਰ ਦੀਦਾਰ ਸਿੰਘ, ਡਾਕਟਰ ਨਿਰਮਲ ਸਿੰਘ, ਸਰਦਾਰ ਪ੍ਰੀਤਮ ਸਿੰਘ ਔਰ ਡਾਕਟਰ ਬਲਵਿੰਦਰ ਸਿੰਘ ਸਾਰਿਆਂ ਦੀਆਂ ਮਹਾਰਾਜ ਅਰਦਾਸਾਂ ਬੇਨਤੀਆਂ ਪ੍ਰਵਾਨ ਕਰਨੀਆਂ। ਸਾਰੇ ਪਰਿਵਾਰਾਂ ਨੂੰ ਤੰਦਰੁਸਤੀ, ਚੜ੍ਹਦੀ ਕਲਾ ਵਾਲੇ ਜੀਵਨ ਬਖਸ਼ਣੇ, ਆਪਣੇ ਚਰਨਾਂ ਦੇ ਨਾਲ ਜੋੜਨਾ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀਆਂ ਵਰਤਾਉਣੀਆਂ, ਸਰਬੱਤ ਦਾ ਭਲਾ ਕਰਨਾ। ਸੰਗਤਾਂ ਵੱਲੋਂ ਅਰਦਾਸ ਬੇਨਤੀਆਂ ਮਹਾਰਾਜ, ਜਿਨ੍ਹਾਂ ਦੇ ਵਿੱਚ ਸੱਚੇ ਸੇਵਾ ਰਾਮ ਜੋ ਆਪਰੇਸ਼ਨ ਲਈ ਜਾ ਰਹੇ ਨੇ, ਮਹਾਰਾਜ ਕਿਰਪਾ ਕਰਨੀਆਂ, ਆਪਰੇਸ਼ਨ ਕਾਮਯਾਬੀਆਂ ਅਤੇ ਸਭ ਤਾਈਆਂ ਬਖਸ਼ਣੀਆਂ, ਤੰਦਰੁਸਤੀ ਅਤੇ ਦੇਹ ਅਰੋਗਤਾ ਬਖਸ਼ਣੀਆਂ। ਜੀ ਗੁਰੂ ਗਰੀਬ ਨਿਵਾਜ, ਆਪ ਜੀ ਦੇ ਪਾਵਨ ਦਰਬਾਰਾਂ ਦੇ ਵਿੱਚ ਹਾਜ਼ਰੀਆਂ ਭਰ ਰਹੀਆਂ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ, ਤੇਲ ਗੁਰ ਬੇਟਾਵਾਂ ਰਸਤਾਂ ਬਜਤਾਂ ਦਰ 'ਤੇ ਪ੍ਰਵਾਨ ਕਰਨੀਆਂ, ਗੁਰਸਿੱਖੀ ਨਾਮ ਦੀਆਂ ਦਾਤਾਂ ਬਖਸ਼ਣੀਆਂ, ਗੁਰਮਤਿ ਅਨੁਸਾਰ ਸ਼ੁਭ ਮਨੋਭਾਵਨਾਵਾਂ ਸੰਪੂਰਨ ਕਰਨੀਆਂ। ਪਰਿਵਾਰਾਂ ਵੱਲੋਂ ਆਪ ਜੀ ਦੇ ਪਾਵਨ ਸਰੂਪਾਂ ਨੂੰ ਸੁੰਦਰ ਰੁਮਾਲੇ ਭੇਟਾ ਹੋਏ ਨੇ, ਕਿਰਪਾ ਕਰਨੀ। ਪਰਿਵਾਰਾਂ ਦੇ ਲੋਕ ਪ੍ਰਲੋਕ ਪੜਦੇ ਕੱਜਣੇ, ਅੰਗ ਸੰਗ ਸਹਾਇਤਾ ਕਰਨੀ, ਕਾਲ ਕੰਟਕ ਦੂਰ ਕਰਨੀ, ਹਰ ਮੈਦਾਨ ਫਤਿਹ ਕਰਨੀ। ਆਨੰਦ ਸਾਹਿਬ ਛੇ ਪੌੜੀਆਂ ਦੀ ਅਰਦਾਸ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ। ਬਖਸ਼ੀਆਂ ਹੋਈਆਂ ਦਾਤਾਂ ਦੇ ਵਿੱਚੋਂ ਸੇਵਕ ਪਰਿਵਾਰ ਵੱਲੋਂ ਕੜਾ ਪ੍ਰਸ਼ਾਦ ਦੀ ਦੇਗ ਲੰਗਰ ਸੱਜ ਕੇ ਹਾਜ਼ਰ ਹੈ, ਆਪ ਜੀ ਦੇ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਜੋ ਜੋ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ। ਤੁਰਕੀ ਬਾਣ ਜੀ ਦੇ ਪਾਵਨ ਫੁਰਮਾਨ ਬਖਸ਼ ਕੇ ਆਈਆਂ ਸੰਗਤਾਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਨਦਰੋ ਨਦਰ ਨਿਹਾਲ ਕਰੋ। ਸੇ ਪਿਆਰੇ ਮੇਲੋ ਜਿਨਾ ਮਿਲਿਆ ਆਪ ਜੀ ਦਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤ ਦਾ। ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਜ ਹੈ, ਕੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ।